ਅਸਲਾਮੁਅਲੈਕੁਮ ਭੈਣੋ ਤੇ ਭਰਾਓ, ਮੈਂ ਤੁਹਾਡਾ ਆਪਣਾ ਜ਼ਫਰੀ ਖਾਨ ਤੇ ਅੱਜ ਅਸੀਂ ਬਣਾ ਰਹੇ ਹਾਂ ਮਟਨ ਦਾ ਸਾਲਨ ਤੇ ਮਟਨ ਦਾ ਪੁਲਾਓ। ਕਿਉਂਕਿ ਅੱਜ ਕੁਝ ਦੋਸਤ ਆ ਰਹੇ ਨੇ ਮੇਰੇ ਪੁਰਾਣੇ ਤੇ ਉਹ ਬੜੀ ਦੇਰ ਤੋਂ ਜ਼ਿੱਦ ਕਰ ਰਹੇ ਸਨ ਕਿ ਅਸੀਂ ਖਾਣਾ ਖਾਣਾ ਹੈ ਖਾਣਾ ਖਾਣਾ ਹੈ ਤੇ ਅੱਜ ਫਿਰ ਮੈਂ ਕਿਹਾ ਆ ਜਾਓ ਤੁਸੀਂ ਤੇ ਜਿਵੇਂ ਉਹ ਆਉਣਗੇ ਫਿਰ ਉਹਨਾਂ ਦਾ ਤਾਰਫ ਕਰਾਵਾਂਗੇ। ਉਹ ਐਕਟਰ ਨਹੀਂ ਹੈਗੇ, ਮੇਰੇ ਵੈਸੇ ਪੁਰਾਣੇ ਦੋਸਤ ਨੇ। ਇਹ ਸਾਡਾ ਮਟਨ ਹੈ ਜੀ, ਬਾਕੀ ਸਾਰਾ ਕੁਝ ਅਸੀਂ ਜਰਾ ਪੇਸਟ ਵਗੈਰਾ ਬਣਾ ਕੇ ਰੱਖੀ ਤੇ ਮਾਮਾ ਕੁੱਕਰ ਲਿਆ। ਅਸਲਾਮ ਵਾਲੇਕੁਮ ਜੀ, ਸਭ ਭੈਣਾਂ ਭਾਈਆਂ ਨੂੰ ਅਸਲਾਮ ਵਾਲੇਕੁਮ। ਸਤਾਰ ਜੀ ਲਓ ਕੁੱਕਰ, ਇਹ ਸਾਡਾ ਕੁੱਕਰ ਆ ਗਿਆ ਜੀ। ਇਹ ਸਾਡਾ ਮਟਨ ਹੈ ਜਿਹੜਾ ਕਿ ਅਸੀਂ ਆਲਰੇਡੀ ਪਹਿਲੇ ਧੋਤਾ ਹੈ, ਲੇਕਿਨ ਫਿਰ ਵੀ ਹਸਬੇ ਟੈਨਸ਼ਨ ਮੈਂ ਪਾਣੀ ਮਾਰਾਂਗਾ। ਅਸਲਾਮ ਵਾਲੇਕੁਮ ਜੀ। ਵਾਹਿਗੁਰੂ ਜੀ, ਹੈਲੋ ਕਿਤੇ ਜੀ, ਬੋਲ ਬਾਜ ਕਰ ਰਹੇ ਆ। ਫੜ ਦਰਾ ਡੱਬਾ। ਜੇ ਹੁਣ ਤੂੰ ਮੈਨੂੰ ਬਾਅਦ ਚ ਇੱਕ ਵਾਰੀ ਵੀ ਕਿਹਾ ਨਾ ਹੈਂਡ ਵਾਸ਼ ਤੇ ਤਾਂ ਮੈਂ ਤੇਰੀ ਕਮਾਈ ਕੇ ਹੈਂਡ ਵਾਸ਼ ਹੋ ਗਏ ਜੀ, ਗੋਸ਼ ਵਾਸ਼ ਹੋ ਰਿਹਾ। ਲੋ ਜੀ, ਇਹ ਸਾਡਾ ਮਟਨ ਹੈ ਜੀ। ਬਿਸਮਿਲਲਾਹ ਰਹਿਮਾਨ ਰਹੀਮ। ਉਸਤਾਦ ਜੀ, ਹਾਂਜੀ, ਅਜੇ ਗਰਮੀ ਹੈ ਵੇ, ਮੈਂ ਤੁਹਾਡੇ ਲਈ ਬਣਾਇਆ ਸ਼ੱਕਰ ਕੋਲਾ। ਸ਼ੱਕਰ ਕੋਲਾ ਜੀ, ਇਹ ਜੀ ਅਸੀਂ ਪਾਣੀ ਲਾ ਦਿੱਤਾ ਤਰਾ ਤੇ ਇਹ ਸਾਡਾ ਪੇਸਟ ਦਾ ਮਸਾਲਾ। ਲਓ ਉਸਤਾਦ ਦੇ ਮੋਹਤਰਮ, ਪਹਿਲਾਂ ਸ਼ੱਕਰ ਕੋਲਾ ਪੀਓ। ਬਿਸਮਿਲਲਾਹ ਰਹਿਮਾਨ ਰਹੀਮ। ਸੁਭਾਨ ਅੱਲਾ ਜੀ, ਲੇਕਿਨ ਮੈਂ ਸ਼ੱਕਰ ਵਾਲੇ ਪਾਣੀ 'ਚ ਨਿੰਬੂ ਪਹਿਲੀ ਵਾਰੀ ਵੇਖਿਆ। ਇਹ ਸਾਡਾ ਜੀ ਪੇਸਟ ਦਾ ਮਸਾਲਾ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਤੇ ਅਸੀਂ ਇਹ ਫਿਰ ਪਹਿਲਾਂ ਹੀ ਉਹਨਾਂ ਨੂੰ ਕਹਿੰਦੇ ਹਾਂ ਕਿ ਕਰ ਲਿਆ ਕਰੋ। ਹਰੀਆਂ ਮਿਰਚਾਂ, ਲਸਣ, ਅਦਰਕ, ਠੀਕ ਹੈ ਜੀ। ਪਿਆਜ਼ ਚੁੱਕੇ ਬਸ ਕੱਟ, ਟਮਾਟਰ ਟਮਾਟਰ ਵੈਸੇ ਅਸੀਂ ਬਾਅਦ 'ਚ ਪਾਵਾਂਗੇ। ਗੋਸ਼ ਦੇ ਵਿੱਚ ਅਸਲ ਦੇ ਵਿੱਚ ਅਦਰਕ ਲਸਣ ਹੀ ਹੁੰਦਾ ਜੀ ਜੀ, ਕਮਾਲ ਚੀਜ਼ ਜਿਹੜੀ ਹੁੰਦੀ। ਇਹ ਸਾਡੀ ਆ ਗਈ ਜੀ ਸੁਰਖ ਮਿਰਚ। ਇਹ ਚੀਜ਼ਾਂ ਤੁਸੀਂ ਆਪਣੇ ਹਸਬੇ ਜ਼ਾਇਕਾ ਪਾਉਣੀਆਂ ਨੇ, ਜਿਵੇਂ ਤੁਹਾਨੂੰ ਜਿੰਨਾ ਕੁ ਤੁਹਾਨੂੰ ਟੇਸਟ ਚਾਹੀਦਾ। ਅਗਰ ਸਪਾਈਸੀ ਚਾਹੀਦਾ ਤਾਂ ਜ਼ਿਆਦਾ ਪਾ ਲਓ, ਅਗਰ ਘੱਟ ਚਾਹੀਦਾ ਤਾਂ ਘੱਟ ਪਾ ਲਓ। ਇਹ ਸਾਡੀ ਆ ਗਈ ਜੀ ਕਲਵੰਜੀ। ਇਹ ਜ਼ਰਾ ਗਰਮ ਮਸਾਲਾ ਅੱਧੀ ਕੁ ਚਮਚ। ਇਹ ਸਾਰਾ ਕੁਛ ਹੋ ਗਿਆ ਜੀ ਰੈਡੀ ਤੇ ਚੁੱਲ੍ਹਾ ਹਾਲੀ ਨਹੀਂ ਅਸੀਂ ਬਾਲ ਸਕਦੇ ਕਿਉਂਕਿ ਭੋਲੀ ਗੈਸ ਪਰਾੜ ਗਿਆ। ਸਾਰੇ ਕੰਮ ਕਰ ਲੈਂਦੇ ਨੇ, ਵਿੱਚ ਕੋਈ ਨਾ ਕੋਈ ਕੰਮ ਛੱਡ ਜਾਂਦੇ ਨੇ ਕਿ ਜਿਹਦੀ ਵਜ੍ਹਾ ਤੋਂ ਹੁਣ ਅਸੀਂ ਇੰਤਜ਼ਾਰ ਕਰਾਂਗੇ। ਲੇਕਿਨ ਦੇਖੋ ਜ਼ਰਾ ਖੂਬਸੂਰਤ ਲੱਗ ਰਿਹਾ। ਇੱਕ ਅੱਧਾ ਟਮਾਟਰ ਅਸੀਂ ਹੋਰ ਪਾ ਦਿੰਦੇ ਹਾਂ। ਲਓ ਜੀ ਮਾਮਾ ਜੀ, ਲਾਓ ਲੱਗ ਗਿਆ। ਇਹ ਜੀ ਸਾਡਾ ਕੁੱਕਰ ਲੱਗ ਗਿਆ। ਇਹ ਜੀ ਅਸੀਂ ਆਪਣਾ ਪਲਾਓ ਜਿਹੜਾ ਮਾਮੇ ਨੇ ਬਣਾਉਣਾ ਛੋਟੇ ਗੋਸ਼ਤ ਦਾ, ਅਤੇ ਉਹਦੇ ਵਾਸਤੇ ਅਸੀਂ ਲੈਦਾ ਅੱਗ ਬਾਲ ਰਹੇ ਹਾਂ। ਇਹ ਪਿਆਜ਼, ਮਾਮ
मामा गोश्त ले आके ना उबाले आई लो जी उस्ताद जी ਇਹ ਜੀ ਅਸੀਂ ਗੋਸ਼ਤ ਉਬਾਲਿਆ ਹੈ ਛੋਟਾ ਗੋਸ਼ਤ ਕਿਉਂਕਿ ਗਰਮੀ ਜ਼ਿਆਦਾ ਹੈ ਹਾਲੀ ਵੀ ਗਰਮੀ ਹੈ ਰਾਤ ਨੂੰ ਵੈਸੇ ਮੌਸਮ ਠੰਡਾ ਹੋ ਜਾਂਦਾ ਲੇਕਿਨ ਹਾਲੀ ਵੀ ਗਰਮੀ ਅਸੀਂ ਇਸ ਕਰਕੇ ਕੁਛ ਚੀਜ਼ਾਂ ਜਿਹੜੀ ਨਾ ਪਹਿਲਾਂ ਹੀ ਫਿਰ ਬਣਾ ਲੈਂਦੇ ਨੇ ਅੰਦਰ ਕਮਰੇ 'ਚ ਬਹਿ ਕੇ ਕਿਉਂਕਿ ਬਾਹਰ ਗਰਮੀ ਹੁੰਦੀ ਹੈ ਮਾਨੇ ਅੱਗੇ ਤੇਰਾ ਮੂੰਹ ਉਂਝਦਾ ਉਹ ਤੂੰ ਹੋਰ ਚੁੱਲ੍ਹੇ 'ਚ ਦਿੱਤਾ ਸੀ ਚਲੋ ਕੋਈ ਗੱਲ ਨਹੀਂ ਹੋਰ ਹੋ ਜਾਏਗਾ ਭਾਈ ਅੱਗ ਬਾਲ ਰਹੇ ਆ ਜੀ ਅੱਛਾ ਇਹ ਗੈਸ ਤੇ ਵੀ ਪੱਕ ਸਕਦਾ ਹੈ ਗੈਸ ਵੀ ਹੈਗੀ ਹੈ ਲੇਕਿਨ ਬਸ ਕੁਛ ਚੀਜ਼ਾਂ ਦਾ ਜ਼ਰਾ ਮਜ਼ਾ ਲਈਦਾ ਹੁੰਦਾ ਹੈ ਕਿ ਅੱਛਾ ਲੱਗਦਾ ਹੈ ਇੰਝ ਅੱਗ ਬਾਲਣਾ ਇੰਝ ਕਰਨਾ ਪੁਰਾਣਾ ਵਕਤ ਯਾਦ ਆਉਂਦਾ ਗੈਸ ਤੋਂ ਬਗੈਰ ਵਾਲਾ ਗੈਸ ਤੋਂ ਬਗੈਰ ਵਾਲਾ ਉਹ ਪਾਥੀਆਂ ਵੀ ਬਲਦੀਆਂ ਹੁੰਦੀਆਂ ਸੀ ਗੋਹੇ ਦੀਆਂ ਪਾਥੀਆਂ ਹੈ ਮਾਨੇ ਹਾਂਜੀ ਉਹ ਵੀ ਬਲਦੀਆਂ ਹੁੰਦੀਆਂ ਸੀ ਅੱਲਾ ਸੌ ਸੌ ਵਾਰੀ ਜਨਤਾ ਹੀ ਕਰੇ ਸਾਡੀ ਦਾਦੀ ਨੂੰ ਸਾਡੀ ਦਾਦੀ ਗੋਹੇ ਦੇ ਉੱਪਰ ਪਕਾਉਂਦੀ ਹੁੰਦੀ ਸੀ ਰੋਟੀਆਂ ਸਾਲਣ ਐਡਾ ਫਾਸਟ ਦੌਰ ਹੋ ਗਿਆ ਪੁਰਾਣੀਆਂ ਚੀਜ਼ਾਂ ਦਾ ਸਵਾਦ ਹੀ ਨਹੀਂ ਰਿਹਾ ਉਹਨਾਂ ਦਾ ਮਜ਼ਾ ਹੀ ਨਹੀਂ ਰਿਹਾ ਅਸੀਂ ਫਿਰ ਵੀ ਕੋਸ਼ਿਸ਼ ਕਰਦੇ ਹਾਂ ਕਿ ਕੁਛ ਨਾ ਕੁਛ ਪੁਰਾਣੇ ਦੌਰ ਦਾ ਜਾਂ ਜਿਹੜਾ ਵਕਤ ਲੰਘ ਗਿਆ ਉਸ ਦੌਰ ਦਾ ਕੁਛ ਨਾ ਕੁਛ ਹੁੰਦਾ ਰਹੇ ਅਸੀਂ ਇਸ ਲਈ ਕਦੀ ਲੱਕੜਾਂ ਬਾਲਦੇ ਹਾਂ ਹਾਲਾਂਕਿ ਗੈਸ 'ਤੇ ਵੀ ਪੱਕ ਸਕਦੀ ਲੇਕਿਨ ਨਹੀਂ ਕਾਫੀ ਪੁਰਾਣੇ ਨੇ ਠੀਕ ਹੈ ਜੀ ਤੇ ਅੱਜ ਇਹਨਾਂ ਦਾ ਖਾਣਾ ਹੈ ਕਿਉਂਕਿ ਬੜੀ ਦੇਰ ਤੋਂ ਕਹਿ ਰਹੇ ਸਨ ਕਿ ਅਸੀਂ ਖਾਣਾ 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 ਤੇ ਮੈਂ ਕਿਹਾ ਚਲੋ ਫਿਰ ਅੱਜ ਤੁਹਾਨੂੰ ਖਾਣਾ ਖਵਾਈ ਆ ਜਾਓ ਆ ਜਾਓ ਬੈਠ ਸਾਡਾ ਹਾਲੇ ਤੱਕ ਸਿਲੰਡਰ ਨਹੀਂ ਆਇਆ ਪੁਲੀਸ ਸਾਹਿਬ ਤੁਸੀਂ ਗੈਸ ਬਣਾ ਕੇ ਭਰਾ ਕੇ ਲਿਆਏ ਹੋ ਜਾਂ ਵੈਸੇ ਭਰਾ ਕੇ ਲਿਆਏ ਹੋ ਗੈਸ ਭੈਣ ਗਵਾਚ ਗਈ ਸੀ ਵਾਫੀਅਤ ਬਹੁਤ ਹੈ ਨਾ ਜੀ ਹੋਲੀ ਦੀ ਲਓ ਜੀ ਇਹ ਸਾਡਾ ਚੁੱਲ੍ਹਾ ਚੱਲ ਗਿਆ ਬੜੀ ਤਾਜ਼ਾ ਲੈ ਕੇ ਆਇਆ ਗੈਸ ਇੱਕ ਮਿੰਟ ਚ ਭਲੀ ਹੈ ਲਓ ਜੀ ਅਸੀਂ ਇਹ ਪਹਿਲੇ ਥੋੜ੍ਹਾ ਜਿਹਾ ਵੀਡੀਓ ਬਣਾ ਲਿਆ ਤੁਹਾਡੇ ਆਉਣ ਤੋਂ ਪਹਿਲੇ ਤੇ ਇਹ ਸਾਡਾ ਜੀ ਕੁੱਕਰ ਚੜ ਗਿਆ ਗੋਸ਼ਤ ਜੀ ਤੇ ਫਿਰ ਸੁਣੋ ਜੀ ਕੀ ਚੱਲ ਰਿਹਾ ਅੱਜ ਕੱਲ੍ਹ ਉਹ ਪੁਰਾਣੀਆਂ ਮੁਸਰਫੀਆਂ ਦੇ ਬਾਅਦ ਗੱਡੀਆਂ ਬਣਾਈ ਜਾ ਰਹੇ ਆ ਅੱਛਾ ਜੀ ਇਹ ਤੁਸੀਂ ਇਹ ਉਹ ਫਨਕਾਰ ਨੇ ਅਸੀਂ ਤੇ ਐਕਟਰ ਆ ਨਾ ਲੇਕਿਨ ਇਹ ਉਹ ਫਨਕਾਰ ਨੇ ਕਿ ਮਤਲਬ ਤੁਸੀਂ ਸਿਰਫ ਗੱਡੀ ਦੀ ਨਾ ਬਾਡੀ ਦੇਣੀ ਹੈ ਇਹਨਾਂ ਨੂੰ ਅੱਗੋਂ ਇੰਜ ਦੀ ਗੱਡੀ ਬਣਾ ਕੇ ਦੇਣਗੇ ਕਿ ਤੁਸੀਂ ਆਪ ਪਰੇਸ਼ਾਨ ਹੋ ਜਾਓਗੇ ਕਿ ਯਾਰ ਇਹ ਗੱਡੀ ਤੇ ਅਸੀਂ ਕਦੀ ਵੇਖੀ ਨਹੀਂ ਆਈ ਦੀ ਅੱਛਾ ਇਹ ਹੁਣ ਜਿਹੜੀ ਗੱਡੀ ਹੈ ਤੁਸੀਂ ਆਪ ਬਣਾਈ ਹੈ ਟੋਟਲ ਅੰਦਰੋਂ ਬਾਹਰੋਂ ਪੂਰੀ ਗੱਡੀ ਆਪ ਹੀ ਬਣਾਈ ਹੈ ਆਪਣਾ ਕੀ ਵਰਕਸ਼ਾਪ ਦਾ ਨਾਮ ਹੈ ਆਟੋ ਚੈਨਲ 1 ਆਟੋ ਚੈਨਲ 1 ਯਾਨੀ ਕਿ ਆਟੋ ਚੈਨਲ 1 ਇਹ ਆਪਣਾ ਲਕਸ਼ਮੀ ਚੌਕ ਦੇ ਕੋਲ ਹੈ ਬਿਲਕੁਲ ਬਿਲਕੁਲ ਲਕਸ਼ਮੀ ਚੌਕ ਦੇ ਬਿਲਕੁਲ ਕਰੀਬ ਹੀ ਹੈਗੀ ਹਾਂ ਲਕਸ਼ਮੀ ਚੌਕ ਦੇ ਬਿਲਕੁਲ ਕਰੀਬ ਹੈ ਤੇ ਇਹ ਇਹਨਾਂ ਇਹ ਉਹ ਫਨਕਾਰ ਨੇ ਚਾਰੇ ਭਰਾ ਮੇਰੇ ਕਿ ਜਿਹੜੇ ਕਿ ਤੁਸੀਂ ਸਿਰਫ ਇਹਨਾਂ ਨੂੰ ਢਾਂਚਾ ਜਿਹਾ ਦੇਣਾ ਤੇ ਇੰਜ ਦੀ ਲੈਵਿਸ਼ ਗੱਡੀ ਬਣਾ ਦੇਣਗੇ ਕਿ ਤੁਸੀਂ ਆਪ ਪਰੇਸ਼ਾਨ ਹੋ ਜਾਓਗੇ ਅੱਛਾ ਤੇ ਆਪਣਾ ਸ਼ਾਹ ਜੀ ਇਹ ਜਿਹੜਾ ਮਰਜ਼ੀ ਮਾਡਲ ਹੋਵੇ ਗੱਡੀ ਦਾ ਹਾਂਜੀ ਡਿਫਰੈਂਟ ਮਾਡਲ ਹੈ ਦੇਖੋ ਨਾ ਹੁਣ ਤੁਸੀਂ 99 ਮਾਡਲ ਦੀ ਗੱਡੀ ਇਹ 99 ਮਾਡਲ ਦੀ ਗੱਡੀ 99 ਅੱਜ ਤੋਂ ਵੀ 22 ਸਾਲ 23 ਸਾਲ ਪੁਰਾਣੀ ਗੱਡੀ ਹੈ 99 ਯਾਨੀ ਕਿ 24 ਸਾਲ ਪੁਰਾਣੀ 24 ਸਾਲ ਪੁਰਾਣੀ ਗੱਡੀ ਹੈ ਔਰ ਹੁਣ ਤੁਹਾਡੇ ਸਾਹਮਣੇ ਵੀ 2023 ਦੀ ਲਗਜ਼ਰੀ ਜਿਹੜੀ ਹੈ ਤੇ ਲੈਂਡ ਕ੍ਰੂਜ਼ਰ ਚ ਕਨਵਰਟ ਹੋ ਚੁੱਕੀ ਯਾਰ ਅਸੀਂ ਇਹ ਇਹ ਮੈਂ ਨਾ ਨੈਸ਼ਨਲ ਜੀਓਗ੍ਰਾਫਿਕ ਚੈਨਲ ਤੇ ਵੇਖਦਾ ਹੁੰਦਾ ਸੀ ਇਹ ਚੀਜ਼ਾਂ ਕਿ ਗੋਰੇ ਬਣਾਉਂਦੇ ਨੇ ਲੇਕਿਨ ਮੈਂ ਇਹਨਾਂ ਨੂੰ ਵੇਖਿਆ ਕਿ ਇਹ ਵੀ ਨਾ ਅਖੀਰ ਇਹਨੇ 1999 ਮਾਡਲ ਨੂੰ ਜਿਹੜਾ ਤੇ ਅਸੀਂ ਪ੍ਰੋਪਰਲੀ ਜਿਹੜਾ ਤੇ 2023 ਦੇ ਵਿੱਚ ਕਨਵਰਟ ਕਰ ਦਿੱਤਾ ਹੈ ਐਲਸੀ 300 ਕਹਿੰਦੀ ਸ਼ਾਰਟ ਵਰਡਸ ਦੇ ਵਿੱਚ ਗੁੱਡ ਚੈਨਲ ਜੀਓਗ੍ਰਾਫੀ ਦੇ ਤੁਸੀਂ ਚਾਰ ਗੋਰੇ ਦੇਖੇ ਹੋਣੇ ਨੇ ਗੋਰੇ ਦੇਖੇ ਤੇ ਚਾਰ ਪਾਕਿਸਤਾਨੀ ਬੈਠੇ ਨਹੀਂ ਮੈਂ ਚਾਰ ਗੋਰੇ ਦੇਖੇ ਪਾਕਿਸਤਾਨੀਆਂ ਦੇ ਕਾਰਨਾ ਮੈਂ ਨੈਸ਼ਨਲ ਜੀਓਗ੍ਰਾਫੀ ਚੈਨਲ ਦੇ ਵਿੱਚ ਸੀ ਯਾਨੀ ਕਿ ਨਾ ਜੋ ਬਾਹਰ ਦੀ ਜੋ ਗੱਡੀ ਜਿਸ ਤਰ੍ਹਾਂ ਬਣਾਉਂਦੇ ਨਾ ਇਨਸ਼ਾਅੱਲਾ ਪਾਕਿਸਤਾਨੀਆਂ ਨੇ ਉਸ ਤੋਂ ਵੱਧ ਕੇ ਬਣਾ ਕੇ ਦਿਖਾਇਆ ਨਜ਼ਰ ਆ ਰਿਹਾ ਨਹੀਂ ਬੜੀ ਗੱਲ ਹੈ ਜੀ 99 ਦਾ ਹੈਗਾ ਦੇਖੋ ਤੇ 2023 ਦਾ ਮਾਡਲ ਬਣਾਇਆ ਅਸੀਂ ਤੁਹਾਨੂੰ ਗੱਡੀ ਦੀਆਂ ਚੀਜ਼ਾਂ ਦਿਖਾਵਾਂਗੇ ਬਾਅਦ ਚ ਜ਼ਰਾ ਹਾਲੀ ਫਿਲਹਾਲ ਗੁਫ਼ਤਗੂ ਕਰ ਰਹੇ ਤੇ ਆਪਣਾ
तो आपको पता है जिस तरह ये गाड़ी जापान में कितने इंजीनियर्स कितना टाइम लेगा, तो अल्हम्दुलिल्लाह उस टाइम पीरियड को आप देखें तो विद इन 2 मंथ के अंदर ये गाड़ी तैयार होना बड़ा एक जो है तो अच्छा। वैसे मैं सची मुची मैं बड़ी देर तो मेरा ताल्लुक है गड़िया गुड़िया में सही कराना, लेकिन एडी डेफिनेशन ना कभी मेरी ना गल नहीं हुई ना कभी इस तरह होया, लेकिन मैं हैरान हैगा वा कि पाकिस्तान दे विच यानी कि एडा एडा वड्डा कलाकार एडा वड्डा फनकार है कि बई मैनू ना मज़ा आ गया इस गल का सुन के वेख के एड्डी पुरानी गड्डी है तो अज के दौर के हिसाब न। अच्छा नहीं जिहड़ा हुण 2023 या 24 या 22 जिहड़ा मॉडल हुंदा है उहदा समान जिहड़ा है उह ते बिल्कुल न्यू हुंदा है, उह तुसी किवें मॉडिफाई कर लैंदे हो? बेसिक इंपोर्ट ब्लैक ब्लू कर दे नहीं मतलब एक 2023 मॉडल है ਉਹਦਾ ਤੇ ਬਿਲਕੁਲ ਲੇਟੈਸਟ ਸਮਾਨ ਹੈ ਤੇ ਉਹ ਮਤਲਬ ਤੁਹਾਨੂੰ ਕੰਪਨੀ ਜਿੱਥੋਂ ਤੁਸੀਂ ਮੰਗਾਉਂਦੇ ਹੋ ਮਿਲ ਜਾਂਦਾ ਹੈ ਜਾਂ ਉਹ ਮਤਲਬ 2 ਨੰਬਰ ਹੁੰਦਾ ਹੈ ਜਾਂ ਪਿਓਰ ਹੁੰਦਾ ਹੈ? ਮੈਂ ਪੁੱਛਣਾ ਚਾਹ ਰਿਹਾ ਡੈਫੀਨਿਟ ਇੰਪੋਰਟ ਦਾ ਜਿਹੜਾ ਪਾਰਟਸ ਹੁੰਦੇ ਨੇ ਉਹਨਾਂ ਵਿੱਚ 2 ਨੰਬਰੀ ਕੋਈ ਵੀ ਸਿਸਟਮ ਨਹੀਂ ਹੁੰਦੀ ਉਹ ਡਿਊਟੀ ਪੇ ਕਰਕੇ ਤੇ ਉਹ ਪਾਕਿਸਤਾਨ ਦੇ ਵਿੱਚ ਮੰਗਵਾਇਆ ਜਾਂਦਾ, ਲੇਕਿਨ ਕਾਸਟਲੀ ਹੁੰਦਾ ਬਹੁਤ ਜ਼ਿਆਦਾ ਕਿਉਂਕਿ ਨਿਊ ਪਾਰਟਸ ਔਰ ਲਗਜ਼ਰੀ ਬਿਲਕੁਲ ਠੀਕ ਹੈ ਕਾਸਟ ਹੁੰਦੀ ਬਹੁਤ ਉੱਪਰ ਹੁੰਦੀ ਹੈ, ਲੇਕਿਨ ਹੁੰਦੇ ਇੰਪੋਰਟਡ ਪਾਰਟਸ ਗੁੱਡ ਮੈਨੂੰ ਲੱਗਦਾ ਕਿ ਪਾਕਿਸਤਾਨ ਵਾਸਤੇ ਕੋਈ ਲਹਿਦਾ ਮਾਡਲ ਬਣਦਾ ਹੈ ਜਾਂ ਬਾਹਰ ਵਾਸਤੇ ਲਹਿਦਾ ਮਾਡਲ ਬਣਦਾ ਹੈ ਜਾਂ ਕੀ ਕੋਈ ਫਰਕ ਹੁੰਦਾ? ਪਾਕਿਸਤਾਨ ਦੇ ਵਿੱਚ ਕੁਛ ਇਸ ਤਰ੍ਹਾਂ ਹੁੰਦਾ ਕਿ ਕੁਛ ਇੱਕ ਦੋ ਮਾਡਲ ਹੁੰਦੇ ਨੇ ਜਿਹੜੇ ਮਸ਼ਹੂਰ ਹੋ ਜਾਂਦੇ ਨੇ ਉਹ ਫਿਰ ਦੁਨੀਆ ਉਹਦੇ ਪਿੱਛੇ ਰਹਿੰਦੀ ਹੈ। ਮੈਂ ਹਿਸਾਬ ਲਾਇਆ ਸਾਡੀ ਆਵਾਮ ਜਿਹੜੀ ਹੈ ਨਾ ਅਸੀਂ ਲੋਕ ਜਿਹੜੇ ਨਾ ਅਸੀਂ ਉਹ ਆਟਾ ਚੀਨੀ ਬਿੱਲ ਅਸੀਂ ਇਹਦੇ ਚੋਂ ਬਾਹਰ ਨਹੀਂ ਨਿਕਲੇ ਆਲੀ ਬਿਲਕੁਲ ਕਦੀ ਬਿੱਲ ਉੱਤੇ ਚਲੇ ਜਾਂਦਾ ਤੇ ਕਦੀ ਡਾਲਰ ਉੱਤੇ ਚਲੇ ਜਾਂਦਾ, ਬਿੱਲ ਉੱਤੇ ਬਾਅਦ ਚ ਜਾਂਦਾ ਬੰਦਾ ਪਹਿਲੇ ਉੱਤੇ ਚਲੇ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਬਿੱਲ ਲਾਉਣਾ ਲੈ। ਲੇਕਿਨ ਖਾਨ ਸਾਹਿਬ ਸਾਡਾ ਕੰਮ ਪ੍ਰੋਜੈਕਟ ਕਰਨ ਦਾ ਇੱਕ ਮਕਸਦ ਹੈਗਾ, ਦੇਖੋ ਜੈਨੂਅਲ ਗੱਡੀ ਇੰਪੋਰਟ ਕੀਤੀ ਜਾਏ ਨਾ 13-23 ਮਾਡਲ ਦੀ ਇਹਦੀ ਜੈਨੂਅਲ ਕੋਸਟ 15-16 ਕਰੋੜ ਰੁਪਇਆ ਬਣਦਾ। ਵਾਹ ਅੱਛਾ। ਔਰ ਇਹ ਗੱਡੀ ਜਿਹੜੀ ਤੁਹਾਡੇ ਸਾਹਮਣੇ ਖੜੀ ਹੈ ਆਲਮੋਸਟ ਅਗਰ ਗੱਡੀ ਦੀ ਪ੍ਰਾਈਸ ਵੀ ਇੰਕਲੂਡ ਕੀਤੀ ਜਾਏ ਤੇ ਆਲਮੋਸਟ 1 ਕਰੋੜ ਰੁਪਇਆ। ਵਾਹ ਲੇਕਿਨ ਮੈਂ ਕਹਿੰਦਾ ਕਿ ਜਿਹੜੇ ਜਿਹੜੇ ਭੈਣਾਂ ਭਰਾ ਇਸ ਚੀਜ਼ ਦਾ ਸ਼ੌਕ ਰੱਖਦੇ ਨੇ ਉਹ ਜ਼ਰਾ ਵੇਖ ਲੈਣ ਤੇ ਸੁਣ ਲੈਣ ਕਿ ਆਟੋ ਚੈਨਲ 1 ਆਟੋ ਚੈਨਲ 1 ਦੇਖੋ ਕਿੱਡੀ ਮਾਠੀ ਗੱਡੀ ਹੈ ਤੇ ਕੀ ਬਣਾ ਦਿੱਤਾ ਇਹਨਾਂ ਨੇ। ਸਾਡਾ ਦੇਖੋ ਨਾ 1 ਕਰੋੜ ਰੁਪਏ ਦੇ 16 ਕਰੋੜ ਵਾਲੇ ਸ਼ਸ਼ਕੇ ਨੇ, ਰੋਡ ਤੇ ਚੱਲਦੇ ਕਿਸੇ ਨੂੰ ਨਹੀਂ ਪਤਾ ਕਿ ਕੀ ਹੈ, ਤੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਨਾ ਬਾਹਰ ਲੀਆਂ ਉਹ ਇਹਨਾਂ ਨੂੰ ਲੱਭ ਰਹੀਆਂ ਜੇ ਚਾਈਨੀਜ਼ ਲੱਭ ਰਹੇ ਚਾਈਨੀਜ਼ ਲੱਭ ਰਹੇ 16 ਕਰੋੜ ਦੀ ਗੱਡੀ ਹੈ ਤੇ 1 ਕਰੋੜ ਚ ਬਣਾ ਕੇ ਦੇ ਰਹੇ ਨੇ। ਉਹ ਸਾਈ ਤਰ੍ਹਾਂ ਮੈਂ ਦੇਖਾ ਸਿਟੀ ਬੋਲ ਗਈ ਲਓ ਜੀ ਭੈਣ ਤੇ ਭਰਾਓ ਸਾਡੀ ਸਿਟੀ ਬੋਲ ਗਈ ਹੈ
ਕਿਸ ਟਾਈਮ ਬੋਲੀ ਸੀ ਜਰਾ ਮੈਂ ਟਾਈਮ ਨੋਟ ਕਰ ਲਵਾਂ 10 ਮਿੰਟ ਬਾਅਦ ਅਸੀਂ ਇਹਨੂੰ ਖੋਲਾਂਗੇ ਸਿੱਟੀ ਬੋਲੀ ਆ ਰਹੀ ਹੈ ਬੋਟੀ ਹਲੇ ਨਹੀਂ ਅੰਦਰੋਂ ਬੋਲਦੀ ਜੀ ਸਾਡਾ ਸਾਡੀ ਸਿੱਟੀ ਵੱਜ ਜਣੀ ਹੈ ਨਹੀਂ 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 ਇਹਦੀ ਸਿੱਟੀ ਘੁੱਬੀ ਜਾਂਦੀ ਨਾਲੇ ਦੇ ਸਿੱਟੀ ਘੁੱਬੀ ਜਾ ਰਹੇ ਆ ਕਿੰਦਾ ਫਿਕਰ ਹੈ ਇਹਨਾਂ ਨੂੰ ਸਿੱਟੀਆਂ ਦਾ ਜਿਹੜੇ ਲੋਕਾਂ ਦੀਆਂ ਸਿੱਟੀਆਂ ਵਜਾ ਰਹੇ ਨੇ ਪੁਰਾਣੀਆਂ ਗੱਡੀਆਂ ਸਹੀ ਕਰਕੇ ਕੰਪਨੀਆਂ ਫਲਾਪ ਕਰ ਰਹੇ ਨੇ ਆਪਣੇ ਵੱਲ ਲੇਕਿਨ ਬੜਾ ਅੱਛਾ ਲੱਗਾ ਮੈਨੂੰ ਔਰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਪਾਕਿਸਤਾਨ ਦੇ ਵਿੱਚ ਜਾਂ ਸਾਡੇ ਮੁਲਕ ਦੇ ਵਿੱਚ ਐਸੇ ਟੈਲੈਂਟਡ ਲੋਕ ਨੇ ਕਿ ਜਿਹੜੇ ਸਮਝੋ ਕਿ ਕੂੜੇ ਨੂੰ ਸੋਨਾ ਬਣਾ ਦਿੰਦੇ ਇੰਦੀ ਹੈ ਸਾਡੀ ਆਵਾਜ਼ ਮੈਂ ਤਾਂ ਵੈਸੇ ਕਲੈਪ ਕਰਾਂਗਾ ਤੁਸੀਂ ਜਿੱਥੇ ਜਿੱਥੇ ਵੀ ਬੈਠੇ ਹੋ ਹਲਕੇ ਕਲੈਪ ਕਰਾਂਗੇ ਅਸਲਾਮ ਅਲੈਕੁਮ ਮੈਨੂੰ ਭੋਲੀ ਤੇ ਮਾਨ ਨੇ ਦੱਸਿਆ ਜੀ ਬਾਹਰ ਬੂਹਾ ਖੜਕ ਰਿਹਾ ਸੀ ਤੇ ਕੋਈ ਬੰਦਾ ਕਸੂਰ ਤੋਂ ਆਇਆ ਤੇ ਬਾਹਰ ਵਾਲਾਂ ਦੇ ਰਿਹਾ ਭੋਲੀ ਭੋਲੀ ਤੇ ਭੋਲੀ ਬਾਹਰ ਗਿਆ ਤੇ ਕਹਿੰਦਾ ਜੀ ਮੈਂ ਕਸੂਰੋਂ ਆਇਆ ਮੈਂ ਤੁਹਾਡਾ ਤੇ ਮਾਨੇ ਦਾ ਫੈਨ ਹੈਗਾ ਜੀ ਇਹ ਸਾਡਾ ਟਾਈਮ ਪੂਰਾ ਹੋ ਗਿਆ ਸੀ ਜਿਹੜਾ ਚੁੱਲ੍ਹਾ ਬੰਦ ਕਰ ਦਿੱਤਾ ਠੀਕ ਹੈ ਜੀ ਪੰਜ ਮਿੰਟ ਦੋ ਤਿੰਨ ਮਿੰਟ ਬਸ ਰਹੇਗਾ ਜ਼ਰਾ ਤਾਂ ਕਿ ਉਹ ਜ਼ਰਾ ਗੈਸ ਨਿਕਲ ਜਾਏ ਫਿਰ ਖੋਲ ਕੇ ਚੈੱਕ ਕਰਨੇ ਆ ਅਸੀਂ ਛੱਡ ਕੇ ਜਾ ਰਹੇ ਨੇ ਪੁਦੀਨਾ ਤੁਹਾਨੂੰ ਪੁਦੀਨੇ ਦੇ ਕੋਲ ਹੀ ਬੈਠੇ ਸੀ ਦੇਖੋ ਜੀ ਆਹੋ ਤੁਸੀਂ ਕਵੋ ਕਿ ਜਿਸ ਤਰ੍ਹਾਂ ਚਮਚ ਨਾਲ ਬੰਦਾ ਹਲਵਾ ਨਹੀਂ ਖਾਂਦਾ ਹਲਵਾ ਤੁਹਾਨੂੰ ਲੱਗੇ ਕਿ ਹਲਵਾ ਖਾ ਰਹੇ ਹੋ ਐਸੀ ਸਬਜ਼ੀ ਪੱਕਦੀ ਹੈ ਦੇਖੋ ਸਾਫ ਪਾਣੀ ਦੀ ਫਰੈਸ਼ ਹਾਂਜੀ ਸਬਜ਼ੀ ਜਿਹੜੀ ਇਹਦੇ ਤਰੀਲੀ ਲੱਗੀ ਉਸ ਨੂੰ ਸਿੱਧਾ ਹੀ ਨਾ ਤਰੀਲੀ ਉੱਤੇ ਸਾਡਾ ਤੇ ਕਮਾਲ ਚੀਜ਼ ਹੈ ਤੇ ਵਿੱਚ ਕੀਮਾ ਪਿਆ ਹੋਵੇ ਅੱਛਾ ਮੈਨੂੰ ਨਾ ਤੁਸੀਂ ਕੀਮੇ ਵਾਲੀ ਸਾਈਡ ਤੇ ਲੈ ਕੇ ਚਲੋ ਨਾ ਮੈਨੂੰ ਤੁਸੀਂ ਇਨਵਾਇਰਮੈਂਟ ਦਾ ਮਜ਼ਾ ਮੈਨੂੰ ਨਾ ਤੁਸੀਂ ਬਾਟੀ ਲੱਗ ਰਹੇ ਹੋ ਅਸੀਂ ਇੱਕ ਫਾਇਰ ਦੇ ਦੋ ਮਹੀਨੇ ਸੀ ਸਬਜ਼ੀ ਲਾ ਲਈਏ ਫਿਰ ਉੱਤੋਂ ਕੱਟ ਦਿੱਤੀ ਫਿਰ ਹੁਣ ਭੁੱਖ ਗਈ ਹੈ ਦੁਬਾਰਾ ਸਬਜ਼ੀ ਮਾਸ਼ਾਅੱਲਾ ਭਿੰਡੀ ਤੇ ਬਿਲਕੁਲ ਸਿੱਧੀ ਲੇਡੀਜ਼ ਫਿੰਗਰ ਹੈ ਚੱਲ ਤੈਨੂੰ ਐਲ ਹੀ ਦੇ ਦਿੰਦਾ ਮੈਂ ਟੇੜੀ ਲੈ ਲੈ ਸਿੱਧੀ ਨਾਲ ਤੂੰ ਟੇੜੀ ਲੈ ਲੈ
लो जी ये साडा मटन तैयार हो रहा है, सब रेडी हो गया। ए पुदीना लगा जी, पुदीना तो तलवाओ इन्हों को, पुदीना बना टमाटर साढ़े ऐड हो गए, बस हम 10 मिनट में सर। खान साहब बहुत ताजा पुदीना, एदी खुशबू ही इतनी जबरदस्त है कि मजा आ जाना यार। मटन दे विच इधर सारे नु सुगांदे आ, सुगा गया और लो जी इधर भी सुगाओ। फ्रेश चीज फ्रेश है यार, वाह कमाल है, जबरदस्त अंदर बहुत लग रहा के है, मैंने किसी ने खाधा। ए पत्ते सलाद दे उते रखना पुदीने ने। ये सारिया चीजा धुपिया ने, बस थोड़ा जहा मेन आदत है, दोबारा दोबारा पानी मारन दे। साडा मटन रेडी हो रहा जी, माशाल्लाह। तुहानू एक किवें आइडिया आया है सारा, जिवें जिहड़ा के मतलब, अच्छा मैं मतलब काफ़ी दुनिया फिरिया वा, काफ़ी जगह पर गया वा, लेकिन तुसीं यकीन करोगे कि मैनू ना इवें शॉकिंग, मैनू शौक लग्या सुन के कि बड़ी गल है, मतलब एडा पुराना मॉडल है तो हम तुसी न्यू, फिर वो भैन दे भरा मतलब जो 2023 मॉडल है वह मतलब चीज़ा कट्ठिया कर रही उस मॉडल दियाँ, जरूरी तो नहीं कि एक जगह तो ही मिल रही हूँ, लैदा लैदा बड़ी गल है, तो लगता नहीं खेचल ज्यादा है पैसे थोड़े। बहुत मेहनत है खान तो, अच्छा चार भाई है ना, तो दिल करे कि रात को दुबई होगी कदा भी, तो कस्टमर जो टाइम देना और गड्डी देनी है, असी सारी टेंशन लैनी और समान वेल करना बहुत मुश्किल है। अच्छा तुसी छोटी जरा एक गल क्लीयर करो जरा, कि जो तुसी अगर किसी को जरा टाइम देंदे हो, ओदे ते कोई 2-4 दिन उत्ते थले करदे हो कि परफेक्ट टाइमिंग ते देंदे हो चीज़? हां साडी ना कस्टमर रिव्यू भी लगे नाटो चैनल 1 दी वीडियो दे ऊपर, और हर कस्टमर नु गड्डी दे टाइम जो देता हुंदा उस तो 2-4 दिन पहले गड्डी दे। वेरी गुड, असी दिन काम करिए चाहे रात करिए, ओ साडी लेबर ना साडा है, और असी 24-24 घंटे भी काम कीता। बहुत अच्छा, वेरी गुड, जिस तरह क्योंकि टाइम दा प्रबंध, जिस तरह मैं वीजा मैं लेना सी इंग्लैंड ते मेरा वीजा एक्सपायर हो गया, उसी उन्होंने दोबारा वीजा जमा कराया, वो मेरा सुबह 8 बजे तकरीबन, सुबह 7 बजे का के 6 बजे का के 7 बजे का सुबह का टाइम सी, ते हाली सही तरह दिन नहीं सी निकलिया होया, ते वो मैं उस ना इंज करके वो वैपर फेर रहा स्वीपर, ते मैं इंज करके गया 10 मिनट रेंदे सब, ते मैं अंदर लो कहते, मैं कहता मैं क्या वीजा सैक्शन जाना, मैं कहता टाइम, मैं 7 o'clock, तो कहता 10 मिनट हाली है बाहर लवो, 3 मिनट पहले उन्होंने मैंने कहा 7 o'clock, मैं क्या या कहता गो ऊपर फर्स्ट फ्लोर रूम 3-2 ने मैंने कहा, तो तुम यकीन करो मैं टाइम वेखता जा रहा, 3 मिनट मैं उत्ते पहुंच के, तो मैं इंज दरवाजा खोल के, तो इंज अंदर वड़िया, उधरों बैक डोर तो एक लड़की सी जी दरवाजा खोल के अंदर आ रही थी, तो जो मैं कुर्सी से बैठा सामने मैं देखा वो भी बैठी थी, मैं भी बैठा, तो पूरे 7 बजे बड़ी मसाला भुनना काम है जी, ए जड़ा मसाला सोनी खुशबू आ रही है। अच्छा तुसी ऐसे चीज का नहीं मजा ले रहे कि तुसी जिन्हें खाना खाना वो भी नाल ही बैठा ਇਹਨੂੰ ਕਿ ਸਹੀ ਜਿਹੜੀ ਭੁੱਖ ਲੱਗ ਜਾਂਦੀ ਬੰਦੇ ਨੂੰ ਨਾ ਉਹ ਖਾਣਾ ਹੁੰਦਾ। ਲੋ ਜੀ ਇਹ ਹੋ ਗਿਆ ਜੀ, ਅਸੀਂ ਹੁਣ ਆਪਣੇ ਦਸਤਰਖਾਨ ਦੇ ਵੱਲ ਹੋਵਾਂਗੇ, ਹਲਕੀ ਆਂਚ ਕਰ ਦਿੱਤੀ ਬਸ ਹਲਕਾ ਜਿਹਾ ਜਰਾ
ਕੰਮ ਸਾਹਿਬ ਦਿੱਤਾ ਵਾਹ ਚਮਚਾ ਨਹੀਂ ਫੇਰਨਾ ਮਾਮਾ ਇਹਦੇ ਚ ਮੇਰੇ ਮੂੰਹ ਚ ਪਾਣੀ ਆ ਗਿਆ ਮਟਨ ਦਾ ਪਲਾਓ ਵੇ ਯਾਰ ਇਹ ਵਾਕਈ ਬਹੁਤ ਮਜ਼ੇ ਦਾ ਕੰਮ ਹੋਇਆ ਆ ਜਾ ਇੱਧਰ ਆ ਜਾ ਇੱਧਰ ਆ ਜਾ ਇਹ ਲਵੋ ਪਾਓ ਬਿਸਮਿਲਲਾ ਕਰੋ ਲਓ ਜੀ ਅਸੀਂ ਅੱਜ ਓਪਨ ਚ ਦਸਤਰਖਾਨ ਲਾ ਲਿਆ ਕਿਉਂਕਿ ਸ਼ਾਹ ਜੀ ਤੇ ਵਟਸਐਪ ਭਰਾ ਸਾਰੇ ਕਹਿ ਰਹੇ ਸਨ ਕਿ ਜੀ ਅਸੀਂ ਤੇ ਫਰੈਸ਼ ਹਵਾ ਚ ਹੀ ਦਵਾਂਗੇ ਤੇ ਮੈਂ ਕਹਿ ਰਿਹਾ ਕਿ ਚਲੋ ਫਿਰ ਅੱਜ ਫਰੈਸ਼ ਹਵਾ ਹੀ ਇਹ ਜੀ ਸਾਡੀ ਜਿਹੜੀ ਸੁਗਾਲ ਪੁਦੀਨੇ ਦੀ ਜਿਹੜੀ ਤੁਸੀਂ ਕਹਿੰਦੇ ਹੋ ਚਟਨੀ ਖਾਂਦੇ ਹੋ ਮੈਂ ਕਿਹਾ ਜ਼ਰਾ ਥੋੜ੍ਹਾ ਜਿਹਾ ਮਸਾਲਾ ਪਾ ਕੇ ਚੈੱਕ ਕਰਾਂ ਜ਼ਰਾ ਇਹ ਚਟਨੀ ਵੀ ਬੜੀ ਮਜ਼ੇਦਾਰ ਮਜ਼ਾ ਆ ਗਿਆ ਅੱਛਾ ਜੀ ਬਿਸਮਿਲਲਾ ਇਤਨਾ ਮਜ਼ੇਦਾਰ ਖਾਣਾ ਬੰਦਾ ਜਾਂ ਸ਼ੌਕ ਨਾ ਬਣਾ ਸਕਦਾ ਜਾਂ ਡਰ ਲੱਗ ਰੋਟੀ ਨਾ ਖਾ ਲੈਣ ਉੱਤੇ ਪਾਓ ਰਾਤ ਸੁਭਾਨ ਮਾਸ਼ਾਅੱਲਾ ਜੀ ਬਹੁਤ ਮਾਸ਼ਾਅੱਲਾ ਟੇਸਟ ਹੈ ਸਹੀ ਬਣ ਗਿਆ ਮਾਨੇ ਆ ਜਾਓ ਬੈਠੋ ਖਾਓ ਉਹਨੂੰ ਬੁਲਾ ਮਾਮਾ ਕਿੱਥੇ ਹੋਲੀ ਮਾਮਾ ਆਇਓ ਯਾਰ ਮਜ਼ੇਦਾਰ ਗੋਸ਼ਤ ਤੇ ਕਿੰਨੀ ਕੁ ਦੇਰ ਤੋਂ ਆਪਣਾ ਇਹ ਚੱਲ ਰਿਹਾ ਸਿਸਟਮ ਜੀ ਸਨ 2006 ਤੋਂ ਚਾੜਾ ਨਹੀਂ ਭਾਈਵਾਲੀ ਹੈ ਤੇ 2006 ਤੋਂ ਜਾਨ ਕਿ ਤੁਹਾਡੀ ਭਾਈਵਾਲੀ ਹੈ ਜੀ ਸਨ ਤੇ ਭਾਈਵਾਲੀ ਕਦੀ ਉਹ ਬੋਤਾ ਲੈ ਗਿਆ ਉਹ ਕੱਟ ਲੈ ਗਿਆ ਯਾਰ ਉਹਨੇ ਵੇਖ ਕੇ ਕੀ ਲੜਾਈ ਝਗੜਾ ਹੁੰਦਾ ਨਹੀਂ ਕੰਮ ਸੁਲਾ ਵੀ ਹੁੰਦੀ ਹੈ ਘੱਟ ਵੱਧ ਨਹੀਂ ਕੁਝ ਘੱਟ ਵੱਧ ਨਹੀਂ ਹੁੰਦਾ ਉਹ ਸਵਾਲ ਪੁੱਛੇ ਨਾ ਘੱਟ ਵੱਧ ਦਾ ਉਹ ਇਸ ਤਰ੍ਹਾਂ ਕਿ ਅਗਰ ਮੇਰੇ ਘਰ ਇੱਕ ਤੋੜਾ ਚੌਲਾਂ ਦਾ ਗਿਆ ਹੈ ਨਾ ਬਿਲਕੁਲ ਤੋ ਉਹ ਇੱਕ ਘਰ ਨਹੀਂ ਜਾਣਾ ਉਹ ਚਾਰ ਘਰਾਂ ਚ ਤੋੜੇ ਜਾਣਗੇ ਕਿਆ ਬਾਤ ਇਸੇ ਤਰ੍ਹਾਂ ਹੀ ਯਾਰੀ ਦੋਸਤੀ ਜਾਂ ਤਲਕ ਜਾਂ ਕਾਰੋਬਾਰ ਚੱਲ ਸਕਦਾ ਬਿਲਕੁਲ ਤੇ ਜਿਸ ਤਰ੍ਹਾਂ ਮੈਂ ਅਕਸਰ ਕਹਿੰਦਾ ਹੁੰਦਾ ਕਿ ਦੋ ਭਰਾ ਅਗਰ ਇੱਕ ਦੁਕਾਨ ਚਲਾਉਂਦੇ ਨਾ ਇੱਕ ਸੁਬਹ ਪੈਂਦਾ ਇੱਕ ਸ਼ਾਮ ਨੂੰ ਪੈਂਦਾ ਜਿਹੜਾ ਸਵੇਰ ਵਾਲਾ ਨਾ ਉਹ ਜਿਸ ਦਿਨ ਉਹਦੇ ਜੀਨ ਚਾਹੀਦਾ ਨਾ ਕਿ ਯਾਰ ਅੱਜ ਮੈਂ 2000 ਦਾ ਜੇਬ ਚ ਪਾ ਲਾ ਜੇਬ ਚ ਪਾ ਲੇਗਾ ਜਿਹੜਾ ਸ਼ਾਮ ਨੂੰ ਭਰਾ ਬੈਠੇ ਦਾ ਨਾ ਉਹਦੇ ਬਦੋ ਬਦੀ ਅੱਲਾ ਵੱਲੋਂ ਜੀਨ ਚ ਆ ਜਾਏਗਾ ਕਿ ਯਾਰ ਮੈਂ 2000 ਜੇਬ ਚ ਨਾ ਪਾ ਲਾ ਡੈਫੀਨਿਟ ਇਹ ਇੱਕ ਕੁਦਰਤ ਦਾ ਕਾਨੂੰਨ ਇੱਕ ਅਸੂਲ ਹੈ ਭਰਾ ਕੀ ਆਵਾਜ਼ ਹੈ ਹੈ ਸੁਭਾਨ ਅੱਲਾ ਜੀ ਬੜਾ ਕਾ ਹੋਈਗਾ ਬੜਾ ਕਾ ਰੀਸੈਂਟਲੀ ਫਜ਼ਾਨ ਭਾਈ ਦੇ ਬੱਚੇ ਸਕੂਲ ਪੜ੍ਹਦੇ ਸਨ ਅਸੀਂ ਆਪਸ ਵਿੱਚ ਬੈਠੇ ਆ ਕਿਹਾ ਕਿ ਜੀ ਉਹ ਮਨ ਸਾਹਿਬ ਉਹ ਬੱਚੇ ਉੱਥੋਂ ਚੁੱਕ ਕੇ ਨਾ ਇਹ ਸਕੂਲ 'ਚ ਪਾ ਦਿਓ ਅੱਛਾ ਅਗਲੇ ਦਿਨ ਮਨ ਸਾਹਿਬ ਆਏ ਨੇ ਤੇ ਦਾਖਲਾ ਕਰਾ ਕੇ ਆਏ ਵਾਹ ਮਤਲਬ ਇਸ ਤਰ੍ਹਾਂ ਦਾ ਪ੍ਰੋਪਰ ਭਰਾਵਾਂ ਬਣਾ ਗਾਈਡ ਕਰੀ ਦਾ ਇੱਕ ਦੂਜੇ ਨੂੰ ਬਹੁਤ ਅੱਛੀ ਗੱਲ ਹੈ ਅਲਹਮਦੁਲਿਲਾ ਇੱਕ ਦੂਜੇ ਦੀ ਮੰਨਦੇ ਵੀ ਨੇ ਇਸੇ ਤਰ੍ਹਾਂ ਹੀ ਅੱਲਾ ਕਰੇ ਤੁਸੀਂ ਕਾਇਮ ਦਾਇਮ ਰਹੋ ਇਸੇ ਤਰ੍ਹਾਂ ਹੀ ਸਾਰੀ ਜ਼ਿੰਦਗੀ ਕਰਦੇ ਰਹੋ ਤੇ ਜਿਹੜੇ ਭੈਣਾਂ ਭਰਾ ਸਾਨੂੰ ਵੇਖ ਰਹੇ ਨੇ ਜਿਹੜੇ ਕੋਈ ਹੋਰ ਵੀ ਭਰਾ ਕੋ ਆਪਣਾ ਕਾਰੋਬਾਰ ਕਰਦੇ ਨੇ ਉਹ ਵੀ ਇਹ ਗੱਲ ਸੁਣ ਲੈਣ ਕਿ ਲੜਾਈ ਜ਼ਰੂਰ ਹੁੰਦੀ ਲੇਕਿਨ ਹੱਲ ਸੁਲਾ ਹੋ ਜਾਂਦੀ ਇਮਾਨਦਾਰੀ ਔਰ ਵਨ ਯੂਨਿਟੀ ਵਾਹ ਅਲਹਮਦੁਲਿਲਾ ਲੜਾਈ ਤੇ ਦੇਖੋ ਜੀ ਤਨਕੀਦ ਕਿਸੇ ਵੀ ਕੰਮ ਨੂੰ ਅੱਗੇ ਲੈ ਕੇ ਜਾਣ ਵਾਸਤੇ ਬਹੁਤ ਜ਼ਰੂਰੀ ਬਿਲਕੁਲ ਸਹੀ ਗੱਲ ਅਗਰ ਤਨਕੀਦ ਨਹੀਂ ਹੋਏਗੀ ਤੇ ਕੋਈ ਵੀ ਇਨਸਾਨ ਆਪਣੀ ਜ਼ਿੰਦਗੀ 'ਚ ਤਰੱਕੀ ਨਹੀਂ ਕਰ ਸਕਦਾ ਵਾਹ ਉਹ ਐਸੇ ਲਈ ਉਹ ਚਾਰੋ ਇੱਕ ਦੂਸਰੇ ਦੇ ਜ਼ਰੂਰ ਕਰਨੇ ਆ ਲੇਕਿਨ ਅੱਗੇ ਲੈ ਇਦਾਰੇ ਨੂੰ ਅੱਗੇ ਲੈ ਕੇ ਜਾਣ ਵਾਸਤੇ ਮਤਲਬ ਲੜਾਈ ਆਪਸ 'ਚ ਅਦਾਰੇ ਨਾਲ ਕੋਈ ਲੜਾਈ ਨਹੀਂ ਅਦਾਰਾ
ਫਲ ਫੁੱਲ ਰਿਹਾ ਮਾਸ਼ਾਅੱਲਾ ਕੰਪਰੋਮਾਈਜ਼ ਨਹੀਂ ਅਦਾਰੇ ਤੇ ਵਾਹ ਜੀ ਵਾਹ ਉਹਦੇ ਵਾਦੇ ਦੀ ਹੀ ਗੱਲ ਹੈ ਮੈਂ ਉਹਨਾਂ ਨੂੰ ਗੱਲਾਂ ਚਲਾਇਆ वाकई बहुत अच्छा खाना बन गया माशाल्लाह जी बहुत जबरदस्त अच्छा मन चावल नहीं खाता भाई मैं देखे तो जी खाने का वाकई देखो क्या मजेदार खाना है कैसा लगा तुम खाना जबरदस्त खाना भाई जान बड़ा मजेदार खाना बहुत जबरदस्त अल्हम्दुलिल्लाह ओके जी सारे भैन भरा जिथे जिथे भी रहो इस तरह मजे मजे के खाने आप भी खाओ अपने बच्चों अपने वड्डे नूं बना खाओ अपनी दुआवां सानू याद रखना असी अपनी दुआवां तुहानू याद रखांगे अल्लाह हाफिज़ अल्लाह हाफिज़ कौन सा बैज है गड्डी अच्छा जी तो पेंट तक भी तुहाडे कोल तुसी सारा कुछ ही चेंज ओके मतलब एक डैशबोर्ड दिखाओ तुहाडा इस मैं विजिटर कहना कि मेरे कि तुसी अदाने ते कर लोगे ना तुहानू ज्यादा प्रैक्टिकली दवांगा इंशाल्लाह जरूर आवांगा इधर जलाओ लाइट वाह जी वाह ये तो बिल्कुल ही 2023 है नहीं तो मतलब सब सारा कुछ जड़ा है सर एवरीथिंग सब कुछ डैशबोर्ड तो लेके टीवी टेस्ले तक गेट चक गेट प्लेट आर्मरेस्ट स्टेयरिंग मीटर गत्ते सीटा एवरीथिंग और उस तरह ही पुश बटन है पुश स्टार्ट जो गाड़ी बंद वाह जिवे नए मॉडल जी कैन फंक्शन है उस तरह ही गाड़ी स्टार्ट ਉਹਦਾ ਦੇ ਵਿੱਚ ਇੱਕ ਹੋਰ ਫੰਕਸ਼ਨ ਹੈ ਅਗਰ ਤੁਸੀਂ ਗੱਡੀ ਦੇ ਵਿੱਚ ਬਹੁਤ ਧੰਨਵਾਦ ਅੱਛਾ ਜੀ फंक्शन है कि गड्डी लॉक है तुसी ऑफिस तो निकलना मतलब 10 मिनट बाद तुहाडी गड्डी गड़ी धुप्पे तुसी टेस्ले तो एसी ऑन किया तो अंदर बैठ के तुसी रिमोट तो गड्डी स्टार्ट कर हूँ की होएगा कि तुहाडे आन तो पहले गड्डी तुहाडी तुहाडे टेंपरेचर के मुताबिक ठंडी हुई है यार जे सर्दी है तो तुसी हीटर ऑन छोड़ दियो क्या बात है हूँ तुहाडा हो गया मूड चेंज करो आ गई कॉल या कोई भी तुहानू पर्सनल कॉल आ गई यार मेरा मूड चेंज हो गया मैं नहीं जाना गड्डी मेरी स्टार्ट है फ्यूल बहुत महंगा साडे मेरे कोल तुसी फिर तुसी लॉक दा बटन प्रेस करके रखना गड्डी बंद उत्थे ही बंद क्या बात है जी ते इहदी रेंज किन्नी है मलक साहब रिमोट दी 300 किलोमीटर हैगी ओ मतलब दफ्तर च बैठ के इजीली गड्डी स्टार्ट हो जांदी है अच्छा नहीं मतलब पेट्रोल किन्ना करदी है गड्डी पेट्रोल करदी कोई 7-8 किलोमीटर जो जेन्युइन लैंड क्रूजर करदा उससे एवरेज दे मतलब कोई इहदी बॉडी दे उत्ते एक्स्ट्रा एक्सपेंस नहीं पैंदा कि फ्यूल ज्यादा करन लग पवे बहुत अच्छा और अल्हम्दुलिल्लाह खान साहब साडे कोल दो अगले 2024 दे भी प्रोजेक्ट डन ने लाहौर शहर दे लोकी पेती नहीं अगर टेंशन है गुजरात मतलब इस साइड दे उत्ते अगर जा रहे हैं तो टेंशन ही कोई नहीं किसे पता ही कोई नहीं है कि हर चीज टच है सारा कुछ तुसी लाया है तुसी लाया क्या मैं टच तो ऑपरेट किया थी और अल्हम्दुलिल्लाह ऑटो चैनल 1 मेहनत करता और चीज नजर आती है बड़ी स्ट्रगल करनी पड़ती खान साहब पर मुझे कोई शक नहीं है जी ये ਉਹ ਕੀ ਗੱਲ ਕਹਿੰਦਾ ਹੋਣਾ ਧੀ ਵਿਆਹਣ ਵਾਲਾ ਹਿਸਾਬ ਹੈ ਇੱਕ ਇੱਕ ਚੀਜ਼ ਇਕੱਠੀ ਕਰਨਾ ਇੱਕ ਚੀਜ਼ ਇਕੱਠੀ ਕਰਨਾ ਔਰ ਉਹਨੂੰ ਮੈਨੇਜ ਕਰਨਾ ਔਰ ਹਰ ਫੰਕਸ਼ਨ ਆਪਰੇਟ ਕਰਨਾ ਦੇਖੋ ਪੁਰਾਣੇ ਮਾਡਲਾਂ 'ਚ ਜਿਹੜੇ ਫੰਕਸ਼ਨ ਨਹੀਂ ਵੀ ਹੁੰਦੇ ਸੀ ਉਹ ਨਵੀਆਂ ਗੱਡੀਆਂ ਜੋ ਵੀ ਪਾ ਦਿੰਦੇ ਲਓ ਜੀ ਜਿਹੜੀ ਜਿਹੜੀ ਚੀਜ਼ ਮਲਿਕ ਸਾਹਿਬ ਨੇ ਦੱਸੀ ਯਾਨੀ ਕਿ ਤੁਸੀਂ ਆਪਣੇ ਲਾਈਫ ਦੇ ਵਿੱਚ ਜਿਹੜਾ ਮਰਜ਼ੀ ਮਾਡਲ ਲੈਣ ਤੇ ਉਹ ਤੁਹਾਨੂੰ ਨਵੇਂ ਸਾਲ ਦਾ ਜਿਹੜਾ ਮਾਡਲ ਹੋਏਗਾ ਉਹ ਮਾਡਲ ਬਣਾ ਦੇਣਗੇ ਉਹਦੀ ਬਾਡੀ ਉਹਦੀ ਸ਼ੇਪ ਉਹਦੀ ਅੰਦਰਲਾ ਸਾਰਾ ਐਨਵਾਇਰਨਮੈਂਟ ਦੇਖੋ ਨਾ ਹੁਣ ਸਾਰਾ ਕੁਝ ਬਲਕਿ ਇਹ ਹੁਣ LCD ਜਿਹੜੀ ਲੱਗੀ ਹੈ ਦੇਖੋ ਇਹਦਾ ਵੀ ਸਾਰਾ ਟੱਚ ਹੈ ਸਾਰਾ ਕੁਝ ਬੜੀ ਗੱਲ ਹੈ ਜੀ ਬਸ ਥੈਂਕ ਯੂ ਜੀ